ਨਮਸਕਾਰ ਢੁਗਨਾ ਮੈਂ ਤੁਹਾਡਾ ਸਵਾਗਤ ਹੈ ਖ਼ਬਰਾਂ ਦੀ ਤਫਸੀਲੀ ਕਰਨਾ ਮੈਂ ਤਿਵੇਂਦਰ ਸਿੰਘ ਜੰਮੂ ਦੇ ਪੁਲਸ ਐਟ ਕੁਆਟਰ ਚ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਵਾਰ ਸਿੰਘ ਹੋਰ ਪੁਲਸ ਕਰਮੀਆਂ ਤੇ ਡਾਕਟਰ ਪਰ ਉਹ ਆਕਰ ਦੇ ਹਮਲੇ ਦੀ ਸਖਤ ਨਿੰਦਾ ਕੀਤੀ ਉਥੇ ਗਿਆ ਹਰਜਿੰਦਰ ਸਿੰਘ ਦੇ ਸਮਰਥਨ ਚ ਪੁਲਸ ਕਰਮੀ ਨਜਰਾਏ ਤੇ ਗਲਾਇਆ ਜੇ ਐਸੇ ਹਮਲੇ ਹੋਣਾ ਨਿੰਦਾਯੋਗ ਨੇ ਤੇ ਕੰਨ ਗਿਆ ਇਹ ਵੀ ਗਲਾਇਆ ਜੇ ਲੋਕੇ ਕੀ ਸਮਝਣਾ ਉਹ ਜੇ ਕਰੋਨਾ ਕੰਨਾ ਇਹ ਲੜਾਈ ਲੰਮੀ ਹੈ ਤੇ ਪੂਰੇ ਦੇਸ਼ਾ ਕੀ ਇਸ ਕੰਨਾ ਲੜਨਾ ਹੋਗੂ ਉੱਥੇ ਇੱਕ ਵੱਡੀ ਖਬਰ ਜੰਮੂ ਕਸ਼ਮੀਰ ਦੇ ਕਸ਼ਮੀਰ ਸੂਬੇ ਤੋਂ ਸਾਹਮਣੇ ਆਵਾ ਕਰਦੀ ਹੈ ਜਿੱਥੇ ਸ਼ੋਪੀਆਂ ਜ਼ਿਲ੍ਹੇ ਦੇ ਮੇਲਪੁਰਾ ਇਲਾਕੇ ਦੀ ਸੁਰੱਖਿਆ ਬਲਾਂ ਤੇ ਅੰਤਗਵਾਦੀ ਦੇ ਵਿਚਕਾਰ ਟਕਰਾ ਹੋਈ ਗਿਆ ਹੈ ਸੁਰੱਖਿਆ ਬਲਾਂ ਕੀ ਸੂ ਲੱਗੀ ਜੇ ਮੇਲਪੁਰਾ ਦੇ ਜਾਨਪੁਰਾ ਚਿਕੀ ਸੰਦਿੱਗਦੇ ਦੀ ਹਰਕਤ ਦੇਖੀ ਗਈ ਜਿੱញਾਂ ਦਾ ਸੁਰੱਖਿਆ ਬਲਾਂ ਉੱਥੇ ਤਵਾਸ਼ੀ ਅਭਿਆਨ ਚਲਾਇਆ ਉਹ ਅਗੇ ਸ਼ੱਪੇ ਦੇ ਅੰਤਗਵਾਦੀਆਂ ਉੰਦੇ ਉੱਪਰ ਫਾਇਰ ਖੋਲੀ ਦਿੱਤਾ ਸੁਰੱਖਿਆ ਬਲਾਂ ਪਾਸਿਆ ਵੀ ਇਹ ਜਵਾਬੀ ਕਾਰਵਾਈ ਕੀਤੀ ਜਾ ਕਰਦੀ ਹੈ ਜੇਕਰ ਗੱਲ ਕਰਚਾ ਪੁਸ਼ੇ ਜ਼ਿਲ੍ਹੇ ਦੀ ਦਾ ਪੁਸ਼ੇ ਚ ਵੀ ਪਾਕਿਸਤਾਨ ਪਾਸੇ ਅੱਜ ਬੜ ਲੱਗ ਗੋਲਵਾਰੀ ਕੀਤੀ ਗਈ ਪਾਕਿਸਤਾਨ ਨੇ ਅੱਜ ਜ਼ਿਲ੍ਹੇ ਦੇ ਕੇਰਨੀ ਤੇ ਸ਼ਾਹਪੂਰ ਇਲਾਕੇ ਚ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਜਿਹਦੇ ਪਰ ਭਾਰਤੀ ਸੈਨ ਨੇ ਵੀ ਜਵਾਬੀ ਕਾਰਵਾਈ ਕੀਤੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਨੇ ਇਰਿਆ ਸ਼ੀ ਇਲਾਕੇ ਉਪਰ ਵੀ ਗੋਲਵਾਰੀ ਕੀਤੀ ਹੈ ਜਿਹਦੇ ਕੰਨਾਂ ਉੱਥੇ ਰੋਣ ਵਾਲੇ ਲੋਕ ਕੇ ਚ ਡਰਤਰਾ ਬਣੇ ਦਾਇਆ ਧਿਆਨ ਜੋਗ ਹੈ ਕਿ ਪਾਕਿਸਤਾਨ ਨੇ ਸੋਮਵਾਰ ਸ਼ਾਮ ਵੀ ਪੁਸ਼ੇ ਦੇ ਮਨਕੋਰਟ ਸੈਕਟਰ ਚ ਗੋਲਵਾਰੀ ਕੀਤੀ ਹੀ ਗੋਲਵਾਰੀ ਦਾ ਇਹ سلسلہ ਰਾਤੀ 8 ਵਜੇ ਤੱਕ ਜਾਰੀ ਰਿਹਾ ਜੰਮੂ ਕਸ਼ਮੀਰ ਚ ਕਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਸਾਹਮਣੇ ਆਵਾ ਕਰਦੇ ਨੇ ਜੰਮੂ ਕਸ਼ਮੀਰ ਚ ਅੱਜ ਕਰੋਨਾ ਦੇ 15 ਮਾਮਲੇ ਸਾਹਮਣੇ ਆਏ ਨੇ ਤੇ ਉਹ ਹੋਂਦ ਤਾਦਾਦ ਵਧੀ ਹੈ 561 ਹੋ ਗਈ ਹੈ ਇਹ ਸਭੇ ਮਾਮਲੇ ਕਸ਼ਮੀਰ ਥਾਂਵਾਂ ਸਾਹਮਣੇ ਆਏ ਨੇ ਦੱਸਦੇ ਚਲਚਾ ਇਹ ਕਿਛ ਦਿਨ ਪਹਿਲਾਂ ਇੱਕ ਮਹਿਲਾ ਦੀ ਮੌਤ ਹੋਈ ਗਈ ਜਿਹਦੀ ਰਿਪੋਰਟ ਉਹ ਕਰੋਨਾ ਪੋਜ਼ਿਟਿਵ ਆਈ ਹੈ ਇਹਦੇ ਕੰਨਗਾ ਕਰੋਨਾ ਥਾਂਵਾਂ ਮਰਨ ਵਾਲੇ ਦੀ ਗਿਣਤਰੀ ਉਹ ਵਧੀ ਹੈ 8 ਹੋ ਗਈ ਹੈ ਲੌਕਡਾਊਨ ਦੇ ਦੂਏ ਗੇਟ ਦੇ ਖਤਮ ਹੋਣੇਗੇ ਹੁਣ ਸਿਰਫ 5 ਦਿਨ ਗਏ ਬਚੇ ਨੇ ਤੇ ਕਰੋਨਾ ਕੀ ਲਈ ਹੈ ਕਿਤੀ ਗਈ ਦੀ ਸਖਤੀ ਕਰਨਾ ਕੋਈ ਸਮਝੋਤਾ ਨਹੀਂ ਕੀਤਾ ਜਾ ਕਰਦਾ ਹੈ ਸ਼ੁਰੂਆਤੀ ਦਿਨਾਂ ਚ ਲੌਕਡਾਊਨ ਤੋੜਨੇ ਆਲੇ ਕੀ ਪੋਛਣਾ ਵੀ ਸਬਕ ਸਿਖਾਇਆ ਹ ਜੈਸੇ ਚਲਦੇ ਉਹ ਲੋਕ ਕਿਸ਼ ਅੱਧ ਤੱਕ ਗਏ ਸੁਧਰੀ ਗਏ ਨੇ 2 April ਦੇ ਮਗਰ ਅਕੀਸ਼ਾ ਅੱਜ ਤੱਕ ਦਿੱਤੀ ਗਈ ਸ਼ੋਰ ਤੇ ਚਲਦੇ ਵੱਡਲੇ ਤੇ ਤਰਕਾਲੇ ਦੇ ਬਿਲ ਆਪਣੇ ਆਪਣੇ ਸਰਕਾਰੀ ਕਾਰਿਆਲਿਆਂ ਚ ਪੁੱਜਨੇ ਆਲੇ ਮੁਲਾਜ਼ਮੇ ਥਾ ਜਾਂ ਜ਼ਰੂਰੀ ਕੰਮ ਲਈ ਕਰੇ ਥਾ ਬਾਹਰ ਨਿਕਲੇ ਲੋਕ ਕੇ ਥਾ ਵੀ ਸਖਤੀ ਕਰਨਾ ਪੁਸ਼ਕਿਸ਼ ਕੀਤੀ ਜਾ ਕਰਦੀ ਹੈ ਪ੍ਰਸ਼ਾਸਨ ਪਤਰਿਆਂ ਪ੍ਰਮਾਣ ਪੱਤਰ ਜਾਂ ਫਿਰ ਪ੍ਰਸ਼ਾਸਨ ਪਾਸੇ ਜਾਰੀ ਕੀਤੇ ਗਏ ਪਾਸ ਦਸਨੇ ਦੇ ਮਗਰੋਂ ਪੁਲਸ ਨੂੰ ਅੱਗੇ ਜਾਣ ਦੀ ਇਜਾਜ਼ਤ ਦਿਆ ਕਰਦੀ ਹੈ ਜੰਮੂ ਸ਼ਹਿਰ ਚ ਸੋਮਵਾਰ ਆ ਤਮਾ ਗਿਆ ਪੁਲਸ ਨੇ ਆਪਣੀ ਸ਼ਕਤੀ ਵਿਦਾਈ ਦਿੱਤੀ ਹੀ ਤਾਂ ਕਿ ਸਿਟਕੇ ਉਪਰ ਬੇਵਜਹ ਗੋ ਕੁੰਮਨਿਆਲੇ ਪਰਛਕੰਜਾ ਕੱਸਿਆ ਜਾ ਸਕਿਆ ਹੁਣ ਤੋਂ ਦੇਖਦੇ ਹੈ ਜੰਮੂ ਚ ਲਾਕਡਾਊਨ ਕੀ ਲਈ ਇਹ ਸ਼ਕਤੀ ਪੁਲਸ ਪਾਸੇ ਸ਼ਕਤੀ ਭਰਤੀਆ ਕਰਦੀ ਹੈ ਜਿਹੜੇ ਲੋਗ ਬੇਵਜਹ ਬਾਹਰ ਨਿਕਲਾ ਕਰਦੇ ਨੇ ਉਹਦੇ ਉੱਪਰ ਸਖਤੀ ਵਰਤੀ ਜਾ ਕਰਦੀ ਹੈ ਉੱਥੇ ਕਿ ਹੁਣ ਅਗਲੀ ਖਬਰੇ ਵਾਸਤੇ ਚੱਲ ਚਾਹਦਾ ਲਾਕਡਾਊਨ ਦੇ ਚਲਦੇ ਬੱਚਿਆਂ ਦੀ ਪੜ੍ਹਾਈ ਉੱਪਰ ਅਸਰ ਨਹੀਂ ਪਿਆ ਇਹਦੇ ਲਈ ਸਿੱਖਿਆ ਮਹਿਕਮੇ ਸਭ ਨੇ ਸਕੂਲੇ ਕੀ ਬੱਚਿਆਂ ਦੀ ਆਨਲਾਈਨ ਸਿੱਖਿਆ ਦੇਣ ਦੇ ਆਦੇਸ਼ ਦਿੱਤੇ ਹਨ ਪਰ ਕਿਸ ਪਰਿਵਾਰ ਨੇ ਵੀ ਹਨ ਜਿੰਦੇ ਕੋਲ ਐਂਡਰਾਇਡ ਫੋਨ ਤੱਕ ਨਹੀਂ ਹਨ ਇਹਨੇ ਬੱਚੇ ਦੇ ਮੁਤਾਬਕ ਉਹਦੇ ਸਕੂਲ ਨੇ ਪਾਸਿਆ ਆਨਲਾਈਨ ਪੜ੍ਹਾਈ ਤੇ ਸ਼ੁਰੂ ਕਰ ਦਿੱਤੀ ਗਈ ਹੈ ਪਰ ਉਹਦੇ ਕੋਲ ਐਂਡਰਾਇਡ ਫੋਨ ਨਹੀਂ ਹੋਣੇ ਕਰੀ ਉਹਦੀ ਪੜ੍ਹਾਈ ਪ੍ਰਭਾਵਿਤ ਹੋਆ ਕਰਦੀ ਹੈ ਇਹਨੇ ਬੱਚੇ ਦੇ ਮੁਤਾਬਕ ਉਹ ਲਾਕਡਾਊਨ ਦੇ ਚਲਦੇ ਕੁਸੇ ਦੂਏ ਦੇ ਘਰ ਵੀ ਨਹੀਂ ਜਾ ਸਕਦੇ ਨੇ ਹੁਣ ਤੁਸੀਂ ਦੱਸਾ ਕਰਦੇ ਹੋ ਉਹ ਬੱਚੇ ਜਿਹੜੇ ਜਿੰਦੇ ਕੋਲ ਫੋਨ ਨਹੀਂ ਹੈ Android ਫੋਨ ਨਹੀਂ ਹੈ ਉਹਦੇ ਕਰਕੇ ਪੜ ਹੀ ਨਹੀਂ ਸਕਦੇ ਪ੍ਰਸ਼ਾਸਨ ਪਾਸਿਆ ਇਹਨਾਂ ਲੋਕਾਂ ਦੀ ਸਹੂਲਤਾਂ ਦੇਣ ਲਈ ਕੀ ਇੰਤਿਆਮ ਕੀਤੇ ਜਾ ਕਰਦੇ ਪਰ ਇਹਨਾਂ ਲੋਕਾਂ ਦਾ Android ਫੋਨ ਨਹੀਂ ਹੋਣ ਕਰੀਏ ਬੱਚੇ ਪੜੇ ਨਹੀਂ ਸਕ ਕਰਦੇ ਨੂੰ ਅਗਲੀ ਖਬਰੇ ਪਾਸ ਚਲਚਾ ਦਾ ਕਰੋਨਾ ਮਹਾਮਾਰੀ ਦੇ ਇਸ ਦੌਰ ਚ ਆਪਣੀ ਜਾਨ ਖਤਰੇ ਚ ਪਾਈ ਹੈ ਹਸਪਤਾਲੇ ਚ ਸੇਵਾ ਦਿਆ ਕਰਦੇ ਸਟਾਫ ਦੀ ਸੁਰੱਖਿਆ ਕੀਤਾ ਪ੍ਰਸ਼ਾਸਨ ਨੇ ਇੱਕ ਹੋਰ ਪਹਿਲ ਕੀਤੀ ਹੈ ਜੰਮੂ ਦੇ ਹਸਪਤਾਲੇ ਚ ਸਟਾਫ ਵੀ ਆਣ ਨੇ ਤੇ ਛੋੜਨੇ ਕੀਤਾ ਐਸਆਰਟੀਸੀ ਦੀ ਬਸਾਂ ਤਿਆਰ ਕੀਤੀਆਂ ਗਈਆਂ ਲੌਕਡਾਊਨ ਦੇ ਸ਼ੁਰੂਆਤੀ ਦੌਰ ਚ ਹਸਪਤਾਲੇ ਦਾ ਸਟਾਫ ਐਂਬੂਲੈਂਸ ਚ ਪਰਿਆ ਲੇਤਾ ਜਾਂਦਾ ਹੈ ਜਿਸ ਕਰੀ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਨਹੀਂ ਹੋ ਕਰਦਾ ਹੈ ਇਸ ਕੀ ਦੇਖਦੇ ਹੋਏ ਡਿਪ ਕਾਮ ਦੇ ਆਦੇਸ਼ ਉਪਰ ਐਸਆਰਟੀਸੀ ਨੇ ਬੱਸਾਂ ਦਾ ਬੰਦੋਬਸਤ ਕੀਤਾ ਗਿਆ ਹੈ ਜੀਐਮਸੀ ਦੀ ਪ੍ਰਿੰਸੀਪਲ ਡਾਕਟਰ ਸੁਨੰਦਰ ਰੈਣਾ ਹੋਰ ਐ ਦੱਸਿਆ ਜੇ ਜੀਐਮਸੀ ਦੇ ਸਹਾਇਕੀ ਹਸਪਤਾਲੇ ਦੀ ਬੱਸਾਂ ਮੋਆ ਤਾਇਆਂ ਜਾ ਕਰਦੀਆਂ ਹਨ ਉੱਥੇ ਤੋਂ ਅਗਲੀ ਖਬਰੇ ਵਾਸਤੇ ਵਧਨਿਆਂ ਲਾਕਡਾਊਨ ਦੇ ਚੱਲਦੇ ਇੱਥੇ ਲੋਕ ਪਰੇਸ਼ਾਨ ਉੱਥੇ ਜੰਮੂ ਸੂਬੇ ਦੇ ਆਫਲੱਚ ਬਣੇ ਦੇ 올ਡੇਜ ਉਹ ਦਾ ਪ੍ਰਬੰਧਨ ਤੇ ਇੱਥੇ ਰੋਣੇ ਵਾਲੇ ਬਜ਼ੁਰਗ ਮੁਸ਼ਕਲ ਦੌਰ ਥਮਾ ਗੁਜਰਾ ਕਰਦੇ ਹਨ ਪ੍ਰਬੰਧਨ ਦੇ ਮੁਤਾਬਕ ਲਾਕਡਾਊਨ ਦੇ ਦੌਰਾਨ ਉਨ੍ਹਾਂ ਕੀ ਬਾਅਦ ਥਮਾ ਕੋਈ ਵੀ ਮਦਦ ਨਹੀਂ ਆਵਾ ਕਰਦੀ ਹੈ ਤੇ ਸਰਕਾਰ ਪਾਸਿਆ ਵੀ ਉੰਦੀ ਕੋਈ ਮਦਦ ਨਹੀਂ ਕੀਤੀ ਆ ਕਰਦੀ ਹੈ ਜਿਸ ਕਰੀ ਉਨ੍ਹਾਂ ਕੀ ਮਤੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵਾ ਕਰਦਾ ਹੈ ਯ ਨਹੀਂ ਇੱਥੇ ਰੋਣੇ ਵਾਲੇ ਬਜ਼ੁਰਗਾਂ ਉਹ ਲੋਕੇ ਥਮਾ ਮਦਦ ਦੀ ਗੁਆ ਲਾਈਆ ਤਾਂ ਜੇ ਇਸ ਪਰੇਸ਼ਾਨੀ ਦਾ ਨਵੇੜਾ ਹੋਈ ਸਕਿਆ ਇਹ ਤਸਵੀਰਾਂ ਹੌਲਡੇਜੋਂ ਆਉਂਦੀਆਂ ਦੇਖਾ ਕਰਦੇ ਜਿਹੜੇ ਜੰਮੂ ਸੂਬੇ ਦੇ ਅਮਫਾਲਾ ਚ ਬਣਦੇ ਉੱਥੇ ਲੋਕਿੰਗ ਜਿਹੜੇ ਬਜ਼ੁਰਗ ਲੋਕ ਉਹਨੇ ਕਿ ਖਾਣੇ ਵੀ ਨਹੀਂ ਦੇ ਤੇ ਕਨੇ ਕਨੇ ਹੋਰ ਸਮੱਸਿਆ ਵੀ ਆਵਾ ਕਰਦੀਆਂ ਉੱਥੇ ਗੱਲ ਕਰਜਾ ਜੇਕਰ ਰਿਆਸੀ ਦੀ ਤਾਂ ਰਿਆਸੀ ਦੇ ਦੂਰ ਦਰੇਡੇ ਦੇ ਇਲਾਕੇ ਚ ਰੋਣੇ ਵਾਲੇ ਇੱਕ ਪਰਿਵਾਰ ਕੀਤਾ 108 ਐਂਬੂਲੈਂਸ ਸੇਵਾ ਦੇਵਦੂਤ ਬਣੀ ਹੈ ਸਬ ਤੋਂ ਇਹ ਇਸ ਪਰਿਵਾਰ ਦੀ ਇੱਕ ਗਰਭਤੀ ਮਹਿਲਾ ਨੇ ਐਂਬੂਲੈਂਸ ਚ ਗਿਆ ਬੱਚੇ ਦੀ ਜਨਮ ਦਿੱਤਾ ਮਾਤੇ ਤੀ ਦਮ ਪੂਰੀ ਚਾਲੀ ਕਰਨਾ ਠੀਕ ਨੇ ਤੇ ਇਹਨੇ ਕਿ ਜ਼ਿਲ੍ਹਾ ਹਸਪਤਾਲ ਚ ਪਰ ਠੀਕ ਕਰਾਇਆ ਗਿਆ ਹੈ ਇਹ ਮਾਮਲਾ ਜ਼ਿਲ੍ਹੇ ਦੀ ठाकराकोट तहसील ਦੇ ਪਨਾਸਾ ਖਡ ਗਰਾں ਦਾ ਆ ਇਥਾਂ ਦੇ ਬਸਨੀਕ ਮੁਹੰਮਦ ਅਸलम ਦੀ ਘਰ ਹਾਲੇ ਦੀ ਤਬੀਅਤ ਚਾਂਚੱਕ ਵਿਗੜੀ ਗਈ ਜਿਸ ਦੇ ਚਲਦੇ ਉਸਨੇ 108 ਐਮਬੂਲੈਂਸ ਸੇਵਾ ਕਰਨਾ ਰਾਬਤਾ ਕੀਤਾ ਇਹ ਐਮਬੂਲੈਂਸ ਕਿਸ਼ਗੈ ਕੈਂਟੇ ਚ ਉਸ ਦੇ ਘਰ ਤੱਕ ਪੁੱਜੀ ਗਈ ਤੇ ਮਹਿਲਾ ਕੀ ਲਈਆ ਵਾਪਸ ਰਵਣਾ ਹੋ ਗਈ ਤਕਰੀਬਨ 1 ਕਿਲੋਮੀਟਰ ਤੱਕ ਜਾਣ ਦੇ ਮਗਰਾ ਇਸ ਮਹਿਲਾ ਦੀ ਸਿਹਤ ਹੋਰ ਵਿਗੜ ਗਈ ਜਿਸ ਕਰੀ ਉਸ ਦੀ ਡਿਲੀਵਰੀ ਐਮਬੂਲੈਂਸ ਚ ਕਰਾਉਣਾ ਪਈ ਰਸੇ ਚਲਚਾ ਜੇ ਉਹਦੀ ਤਬੀਅਤ ਠੀਕ ਬਣੀ ਦੀ ਹੈ ਰਾਸ਼ਟਰੀ ਸਵੈ ਸੇਵਕ ਸੰਗਠਨ ਜੰਮੂ ਕਸ਼ਮੀਰ ਇਕਾਈ ਪਾਸਿਆ ਕਰੋਨਾ ਵਾਇਰਸ ਨਾਲ ਲੜਾ ਕਰਦੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀ 200 ਪੀਪੀ ਕਿਟ ਮੁਆ ਕਰਾਈਆਂ ਨੇ ਇਹ ਕਿਟਾਂ ਸੰਗ ਦੀ ਜੰਮੂ ਕਸ਼ਮੀਰ ਇਕਾਈ ਦੇ ਸਹਿ ਸੰਚਾਲਕ ਡਾਕਟਰ ਗੋਤਮ ਮੈਂਗੀ ਹੋਰੇ ਜੀਐਮਸੀ ਜੰਮੂ ਦੀ ਪ੍ਰਿੰਸੀਪਲ ਡਾਕਟਰ ਸੁਨੰਦਰਾ ਰੈਨ ਹੋਰੇ ਗਈ ਸੌਂਪੀ ਡਾਕਟਰ ਮੈਂਗੀ ਹੋਰੇ ਗਲਾਇਆ ਜੇ ਇਸ ਹਸਪਤਾਲ ਚ ਪੀਪੀ ਕਿਟ ਦੀ ਕਮੀ ਦੀ ਦਿਖਦੋਈ ਸੰਗ ਨੇ ਫਰੰਟਲਾਈਨ ਵਾਰੀਅਰਸ ਦੀ 1 ਕਿਟ ਮੁਆਈਆਂ ਕਰਾਈਆਂ ਨੇ ਜਮਿੰਦੂ ਪਰਿਸ਼ਦ ਦੀ ਜੰਮੂ ਕਸ਼ਮੀਰ ਇਕਾਈ ਨੇ ਪਾਲਕਾਰ ਤੇ ਬੁਲੰਦ ਸ਼ਹਿਰ ਚ ਹੋਈ ਸੰਤੇ ਦੀ ਹੱਤਿਆ ਦੀ ਸਖਤ ਨਿੰਦਿਆ ਕੀਤੀ ਹੈ ਜੰਮੂ ਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਤੇ ਵਿਸ਼ਵਿੰਦੂ ਪਰਿਸ਼ਦ ਦੇ ਸੁਭਾਈ ਸੰਗਠਨ ਮੰਤਰੀ ਵਿਵੇਕਾਨੰਦ ਹੋਰ ਅਗਲਾਇਆ ਜੇ ਕਿ ਲਾਕਡਾਊਨ ਦੇ ਦੌਰਾਨ ਇੰਦੂ ਬਰਾਦਰੀ ਕੀ ਪੜਕਾ ਨੇ ਗੀਤਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਹੱਤ ਸੇਂਗੀ ਅੰਜਾਮ ਦਿੱਤਾ ਜਾ ਕਰਦਾ ਹੈ ਉਹਨੇ ਇੰਦੂ ਬਰਾਦਰੀ ਕੀ ਇਸ ਸਾਜ਼ਿਸ਼ ਦੇ ਬਾਰੇ ਚ ਦੱਸਦੇ ਹੋਏ ਸ਼ਾਂਤੀ ਬਣਾਏ ਰੱਖਣੇ ਤੇ ਸਰਕਾਰ ਥਮਾ ਆਰੋਪੀਆਂ ਦੀ ਸਖਤ ਸਜ਼ਾ ਦੇਣੇ ਦੀ ਅਪੀਲ ਕੀਤੀ ਇਹ ਵਿਸ਼ਾ инду ਪਰਿਸ਼ਦ ਦੇ ਮੰਤਰੀ ਜਿਹੜੇ ਆਖਾ ਦੇ ਕਰਦੇ ਹੈ ਕਿ ਪਾਲ ਘਰ ਦੇ ਜਿਹੜੇ ਬੁਲੰਦ ਸ਼ਹਿਰ ਚ ਸੰਤੇ ਦੀ ਆਤਿ ਆ ਉਹ ਉਨਦੇ ਉਪਰ инду ਬਰਾਦਰੀ ਦੀ ਸ਼ਾਂਤੀ ਬਣਾਈਏ ਰੱਖਣੀ ਚਾਹੀਦੀ ਤੇ ਸਰਕਾਰ ਥਮਾ ਇਹਣਾ ਜਿਹੜੇ ਆਰੋਪੀਨ ਉਹਨੇ ਕੀ ਸਖਤ ਸਮਾ ਸਖਤ ਸਹਾਇਤਾ ਦੇਣੇ ਦੀ ਮੰਗ ਕੀਤੀ ਹੈ ਉਹਨ ਵਦਨਿਆ ਅਗਲੀ ਖਬਰੇ ਪਾਸ ਹੈ ਮੌਜੂਦਾ ਸਮੇਂ ਚ ਕੰਡੀ ਇਲਾਕੇ ਚ ਇਸਲਾ ਮੱਕਾ ਦੀ ਫਸਲ ਦੀ ਰਾਈ ਵਾਈ ਕੀਤੀ ਜਾ ਕਰਦੀ ਹੈ ਲਾਕਡਾਊਨ ਦੇ ਚਲਦੇ ਕਰਸਾਨੇ ਕੀ ਐਲ ਵੀ ਦੀ ਕਮੀ ਨਹੀਂ ਹੋਇਆ ਇਹਦੇ ਲਈ ਖੇਤੀਬਾੜੀ ਵਿਭਾਗ ਦੇ ਪਾਸਿਆ ਹਰ ਇੱਕ ਬੰਦਵਸਤ ਕੀਤਾ ਗਿਆ ਹੈ ਕੁਲਦੀਪ ਕੋਲੋਂ ਦੇ ਮੁਤਾਬਕ ਵਿਭਾਗ ਦੇ ਪਾਸਿਆ ਨਗਰੋਟਾ ਬਲਾਕ ਚ ਕਰਸਾਨੇ ਕੀ ਐਲ ਵੀ ਦਿੱਤਾ ਜਾ ਕਰਦਾ ਤਾਂ ਜੇ ਕਿਸਾਨ ਸਮੇਂ ਪਰ ਆਪਣੇ ਫਸਲਾਂ ਗੀ ਲਾ ਸਕਣ ਟੋਕ ਵਜੀਰਾ ਦੇ ਸਰਪੰਚ ਰਮਨ ਵਜੀਰ ਹੋਰ ਹੈ ਵਿਭਾਗ ਦਾ ਤਨਬਾਦ ਕਰਦੇ ਹੋਏ ਪ੍ਰਸ਼ਾਸਨ თਾਵਾ ਖੇਤੀ ਕਰਨ ਨਾਲ ਜੁੜੇ ਦੇ ਸਾਧਨੀਆਂ ਦੀਆਂ ਦੁਕਾਨਾਂ ਤੇ ਟਰੈਕਟਰ ਮਮਦੀ ਵਰਕਸ਼ਾਪ ਤੇ ਸਪੇਅਰ ਪਾਰਟ ਦੀਆਂ ਦੁਕਾਨਾਂ ਖੋਲਣ ਦੀ ਅਪੀਲ ਕੀਤੀ ਉਹ ਦੱਸ ਦੇਖਾ ਦੇ ਕਿ ਖੇਤੀਬਾੜੀ ਵਿਭਾਗ ਮੈਂ ਪਾਸਿਆ ਸਮੇਂ ਸਮੇਂ ਪਰ ਕਿਸਾਨਾਂ ਨੇ ਕੀ ਐਲ ਬੀਮਾ ਆਇਆ ਕਰਾਇਆ ਜਾ ਕਰਦਾ ਤਾਂ ਜੇ ਕਿਸਾਨਾਂ ਨੇ ਕੋਈ ਕਮੀ ਨਹੀਂ ਹੋਇਆ ਕੋਈ ਵੀ ਪਰੇਸ਼ਾਨੀ ਉਹਨੇ ਕੀ ਫਸਲਾਂ ਦੇ ਦੇ ਬਿਲ ਨਹੀਂ ਹੋਇਆ ਅਗਲੀ ਖਬਰ ਦੇ ਪਾਸੇ ਵਧਦਾ ਤਾਂ ਮੌਸਮ ਤੇ ਆਏ ਦਿਨ ਖਰਾਬ ਹੋਣੇ ਕਰੀ ਕਿਸਾਨੀ ਦੀ ਮੁਸ਼ਕਲਾਂ ਵਧੀ ਗਈਆਂ ਖਰਾਬ ਮੌਸਮ ਹੋਣੇ ਕਰੀ ਧਾਨ ਦੀ ਫਸਲ ਗੁਆਈ ਚੁੱਕੇ ਤੇ ਕਿਸਾਨ ਹੁਣ ਸਰਕਾਰ ਥਮਾ ਮਦਦ ਦੀ ਗੁਹਾਰ ਲਾਈ ਹੈ ਇਹਨੇ ਕਿਸਾਨੇ ਦੇ ਮੁਤਾਬਕ ਇਸ ਵੇਲੇ ਕਣਕ ਦੀ ਫਸਲ ਪੂਰੀ ਚਾਲੀ ਕਰਨਾ ਤਿਆਰ ਹੋਈ ਗਈ ਹੈ ਪਰ ਲਾਕਡਾਊਨ ਹੋਣੇ ਕਰੀ ਬਾੜੀ ਕਰਨੇ ਆਸਤੇ ਉਹਦੇ ਕਾਸ ਨਾ ਤੇ ਲੇਬਰ ਹੈ ਤੇ ਨਾ ਹੈ ਮਸ਼ੀਨਾ ਇਸ ਮੌਕੇ ਪਰ ਸਰਕਾਰ ਨੇ ਉਹਦੀ ਮਿਹਨਤ ਦੀ ਤਵਾ ਉਹਨੇ ਥਮਾ ਬਚਾਈ ਸਕਦੀ ਹੈ ਇਹਨੇ ਲੋਕਾਂ ਸਰਕਾਰ ਥਮਾ ਜਾਫੀ ਬਾੜੀ ਆਸਤੇ ਮਸ਼ੀਨੇ ਦਾ ਬੰਦੋਬਸਤ ਕਰਨੇ ਦੀ ਮੰਗ ਕੀਤੀ ਹੈ ਇਹ ਉਹ ਕਿਸਾਨ ਹੈ ਜਿਨ੍ਹਾਂ ਫਸਲ ਤੇ ਲਾਈ ਹੈ ਪਰ ਉਹਨੇ ਕੀ ਇਸ ਵੇਲੇ ਨਾ ਤੇ ਮਜ਼ਦੂਰ ਤੋਂ ਆਦੇ ਕਿਉਂਕਿ ਇਸ ਵੇਲੇ ਲਾਕਡਾਊਨ ਉਹਨੇ ਕਰੀ ਨਾ ਤੇ ਮਜ਼ਦੂਰ ਤੇ ਨਾ ਕਿ ਉਹਨੇ ਕੀ ਮਸ਼ੀਨਾਂ ਤੋਂ ਆ ਕਰਦੀਆਂ ਜਿਸ ਕਰੀ ਉਹਨੇ ਕਣਕਾ ਦੀ ਬਾਡੀ ਕਰਨ ਦੇ ਅਸਤੇ ਬੜੀਆਂ ਪਰੇਸ਼ਾਨੀਆਂ ਹੋ ਗਰਦੀਆਂ ਉਹਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਹਨੇ ਕੀ ਚਾਹ ਤੇ ਲੇਬਰ ਜਾਂ ਵੀ ਮਸ਼ੀਨਾਂ ਜਿਹੜੀਆਂ ਬਾਡੀ ਕਰਨ ਦੇ ਅਸਤੇ ਮਵਾਇਆ ਕਰਾਈਆਂ ਜਾਣ ਉਨ ਚਲਚਾ ਅਗਲੀ ਖਬਰ ਵਿੱਚ ਹੈ ਜਿਹੜੀ ਜੰਮੂ ਸ਼ਹਿਰ ਦੇ ਸਬਜ਼ੀ ਮੰਡੀ ਤੋਂ ਮਵਾਇਆ ਜੰਮੂ ਸ਼ਹਿਰ ਦੇ ਪ੍ਰੇਡ ਇਲਾਕੇ ਦੀ ਬਣੇ ਸਬਜ਼ੀ ਮੰਡੀ ਚ ਪੁਲਿਸ ਪਾਸੇ ਲਾਕਡਾਊਨ ਦੇ ਨਿਯਮੇ ਦਾ ਪੂਰਾ ਪਾਲਨ ਕਰਾਇਆ ਜਾ ਕਰਦਾ ਹੈ ਦੁਕਾਨਦਾਰੇ ਦੇ ਮੁਤਾਬਕ ਇਸ ਵਾਰ ਪਹਿਲਾ ਮੰਡੀ ਚ ਖਰੀਦਦਾਰਾਂ ਪਾਸੇ ਸੋਸ਼ਲ ਡਿਸਟੈਂਸਿੰਗ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਪਰ ਹੁਣ ਪੁਲਿਸ ਪਾਸੇ ਇੱਕ ਇੱਕ ਜਣੇ ਕੀ ਮੰਡੀ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਕਰਦੀ ਹੈ ਤੇ ਲੋਕਾਂ ਤੋਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਾਇਆ ਜਾ ਕਰਦਾ ਹੈ ਸਾਡੇ ਅੱਜ ਦੇ ਟੂਰਨਾਮੇ ਚ ਬਸ ਇੰਨਾ ਹੈ ਹੁਣ ਤੋਂ ਅਸੀਂ ਕੀ ਦਿਓ ਇਜਾਜ਼ਤ ਨਮਸਕਾਰ